ਜੋ ਸਭ ਅੱਜ ਤੁਹਾਨੂੰ ਅਮਰੀਕਾ ਦੇ ਵਿੱਚ ਲੋਕੀ ਬੜੇ ਉੱਥੋਂ ਦੇ ਫੈਂਸੀ ਰੈਸਟੋਰੈਂਟਾਂ ਦੇ ਵਿੱਚ ਨਾ ਸਟੇਕ ਖਾਂਦੇ ਨੇ ਤੇ ਅੱਜ ਤੁਹਾਨੂੰ ਜਿਹੜਾ ਸਟੇਕ ਖਵਾਉਣਾ ਹੈਗਾ ਉਹਨੂੰ ਕਹਿੰਦੇ ਨੇ ਰਿਬ ਸਟੇਕ ਰਿਬ ਸਟੇਕ ਕੋ ਰਬੜ ਦੀ ਚੀਜ਼ ਦੇ ਕੋਈ ਸਟੇ ਦਾ ਨਾਲ ਸੁਣਿਆ ਕਿ ਸਟੇ ਲੈਣ ਦਾ ਫਲਾਣੇ ਨੇ ਕੰਮ ਰੁਕ ਗਿਆ ਸਟੇਕ ਮਾਰਨ ਵਾਲਾ ਸਟੇਕ ਖਾਣ ਵਾਲਾ ਰਿਬ ਸਟੇਕ ਯਾਨੀ ਕਿ ਉਹ ਜਿਹੜਾ ਬੀਫ ਹੁੰਦਾ ਨਾ ਉਹਦਾ ਜਿਹੜੀ ਇੱਕ ਜਿਵੇਂ ਚਾਂਪ ਨਹੀਂ ਹੁੰਦੀ ਉਹਦੀ ਪੂਰੀ ਇੱਕ ਬਾਹਰ ਕੱਢ ਕੇ ਨਾ ਤੇ ਬੜਾ ਇੱਕ ਵੱਡਾ ਪੀਸ ਬਣਦਾ ਉਹਨੂੰ ਤਿਆਰ ਕੀਤਾ ਜਾਂਦਾ ਹੈਗਾ ਤੇ ਫਿਰ ਹੋ ਕੇ ਸਰਵ ਕੀਤਾ ਜਾਂਦਾ ਹੈਗਾ ਉਹਨੂੰ ਕਹਿੰਦੇ ਰਿਬ ਸਟੇਕ ਯਾਨੀ ਕਿ ਵੱਡੇ ਗੋਸ਼ਤ ਦੀ ਚਾਂਪ ਅਨੀਸ ਇਕਬਾਲ ਨੇ ਯੂਕੇ ਤੋਂ ਤੁਹਾਡੇ ਲਈ ਭੇਜੀ ਹੈ ਤੁਹਾਡੇ ਫੈਨ ਹੈਗੇ ਉਹੀ ਮੈਂ ਕਹਿ ਰਿਹਾ ਕਿ ਕੋਈ ਫਰਮੈਸ਼ੀ ਪ੍ਰੋਗਰਾਮ ਹੀ ਲੱਗਦਾ ਹੈ ਅਨੀਸ ਇਕਬਾਲ ਸਾਹਿਬ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਨਾਬ ਸਾਨੂੰ ਬੜੀ ਚਾਹਤ ਨਾਲ ਚੀਜ਼ਾਂ ਭੇਜੀਆਂ ਖਾਣ ਵਾਸਤੇ ਰੈਡੀ ਹੈ ਤੁਸੀਂ ਖਾਣ ਹਾਂਜੀ ਰੈਡੀ ਹੈਗੇ ਫਿਰ ਜਨਾਬ ਅਨੀਸ ਇਕਬਾਲ ਸਾਹਿਬ ਭੇਜੀਏ ਓਫੋ ਮਾਂ ਇਹ ਪੂਰਾ ਪਸਲੀ ਚੁੱਕ ਲਿਆ ਜੀ ਕਿਆ ਬਾਤਾਂ ਨੇ ਹਾਕੀ ਤੇ ਨਹੀਂ ਜੀ ਤੁਹਾਡਾ ਭਲਾ ਹੀ ਹੋਏ ਇਹ ਕਿਵੇਂ ਜੰਗ ਲੜਨੀ ਤਲਵਾਰ ਭੇਜਦੀ ਜੇ ਮੈਂ ਕਹਿੰਦਾ ਕਮਾਲ ਕਰਤੀ ਅੱਡੀ ਵੱਡੀ ਚਾਹ ਡਿਸ਼ ਵੀ ਛੋਟੀ ਹੋ ਗਈ ਪਹਿਲੀ ਦਫ਼ਾ ਮੈਂ ਜ਼ਿੰਦਗੀ ਦੇਖੀ ਅੱਡੀ ਚਾਹ ਇਹ ਤਾਂ ਜ਼ਿੰਦਗੀ ਅਸੀਂ ਪਹਿਲੀ ਦਫ਼ਾ ਇੱਕ ਕੰਮ ਕਿ ਐਡਾ ਵੱਡਾ ਕੋਸ਼ਿਸ਼ ਦਾ ਪੂਰਾ ਫੱਟਾ ਛੋਟੀ ਛੋਟੀਆਂ ਬੋਟੀਆਂ ਹੁੰਦੀਆਂ ਨੇ ਇਹ ਤੇ ਉਹ ਡਰਾਉਣੀਆਂ ਫਿਲਮਾਂ ਦੇ ਕਾਰਟੂਨਾਂ ਦੇ ਕੋਲ ਜਿਨ੍ਹਾਂ ਦੇ ਕੋਲ ਇਹੋ ਜਿਹੀਆਂ ਤਲਵਾਰਾਂ ਹੁੰਦੀਆਂ ਨੇ ਬੜਜੁੰ 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 ਤਲਵਾਰਾਂ ਗਰਦਨਾਂ ਲਾਈ ਜਾਂਦੇ ਨੇ ਕਿਸੇ ਦਾ ਬਾਹ ਵੱਢ ਦਿੰਦੇ ਕਿਸੇ ਦੀ ਲੱਤ ਹੈ ਨਹੀਂ ਇਹ ਉਹ ਚੀਜ਼ ਭੇਜਤੀ ਜੇ ਜ਼ਾਲਮਾ ਲਓ ਜੀ ਇਹ ਤਾਂ ਹਾਕੀ ਲੱਗਦੀ ਜੇ ਕਿਆ ਬਾਤ ਹੈ ਤੁਹਾਡਾ ਭਲਾ ਪੂਰੀ ਹਾਕੀ ਹਾਕੀ ਭੇਜਤੀ ਨੇ ਨੂਰੀ ਨਾਥ ਦੀ ਕੁਹਾੜੀ ਮੈਂ ਚਲਾਣੀ ਮੁੰਦਰਾਂ ਵੀ ਪਾਈਆਂ ਨੇ ਚੰਗਾ ਭਲਾ ਇਹ ਤਾਂ ਜਨਾਬ ਇਸ ਚੀਜ਼ ਪੂਰਾ ਚੰਗਾ ਭਲਾ ਟੇਕ ਹੈਗਾ ਕਿਆ ਬਾਤ ਹੈ ਇਹ ਮੈਂ ਸ਼ੱਕ ਹੈ ਭਲਵਾਨਾਂ ਦਾ ਖਾਣਾ ਲੈਂਦਾ ਜੀ ਅੱਜ ਤਾਂ ਏਡਾ ਵੱਡਾ ਪੂਰਾ ਪੀਸ ਹੀ ਚੁੱਕ ਲਿਆਉਂਦਾ ਜੀ ਸਾਡੇ ਹੀ ਹੁੰਦਾ ਨਾ ਕਿ ਅਸੀਂ ਛੋਟੀ ਛੋਟੀ ਬੋਟੀਆਂ ਖਾਦੇ ਇਹ ਬੋਟੀਆਂ ਤਾਂ ਚੰਗਾ ਭਲਾ ਬੋਟ ਹੈਗਾ ਲਓ ਜੀ ਸਟੇਕ ਬਹੁਤ ਪਿਆਰੀ ਲੱਗ ਰਹੀ ਹੈ ਇਸ ਟਾਈਮ ਕਾਲੀਆਂ ਮਿਰਚਾਂ ਦੇ ਉੱਤੇ ਤੁੜੀਆਂ ਹੋਈਆਂ ਨੇ ਔਰ ਇਹਨੂੰ ਸਟੀਮ ਕੀਤਾ ਗਿਆ ਜਿੱਥੇ ਤੱਕ ਮੇਰਾ ਆਈਡੀਆ ਹੈ ਇਹ ਕਹਿ ਰਿਹਾ ਇਹ ਕੀ ਨਾਂ ਰੱਖਿਆ ਨੇ ਜੋ ਸਭ ਇਹਨੂੰ ਕਹਿੰਦੇ ਨੇ ਸੋਰਟਿਡ ਵੈਜੀਟੇਬਲਸ ਸੋਰਟਿਡ ਯਾਨੀ ਕਿ ਸਬਜ਼ੀਆਂ ਹੁੰਦੀਆਂ ਉਬਾਲੀਆਂ ਅੱਛਾ ਉਬਲੀਆਂ ਸਬਜ਼ੀਆਂ ਹਾਂਜੀ ਇਹਦੇ ਨਾਲ ਜਿਹੜੀ ਚੀਜ਼ ਪਈ ਹੈਗੀ ਉਹਨੂੰ ਕਹਿੰਦੇ ਨੇ ਮੈਕਨ ਚੀਜ਼ ਹੈ ਤੁਸੀਂ ਪਹਿਲੇ ਵੀ ਟਰਾਈ ਕੀਤੀ ਹੈਗੀ ਇਹਦੇ ਨਾਲ ਪਿਆ ਮੈਸ਼ਡ ਪੋਟੈਟੋਸ ਯਾਨੀ ਕਿ ਉਬਲੇ ਹੋਏ ਆਲੂ ਉਹਨੂੰ ਬੜੇ ਤਰੀਕੇ ਦੇ ਨਾਲ ਬਣਾਇਆ ਜਾਂਦਾ ਹਾਂਜੀ ਮੈਸ਼ ਪੋਟੈਟੋ ਇਹ ਹੈਗਾ ਜੀ ਮੱਝੀਆਂ ਗਾਂ ਤੇਆਂ ਕੱਟੇ ਦਾ ਗੋਸ਼ਤ ਤੇ ਬੜੀ ਤਾਕਤ ਵਾਲੀ ਚੀਜ਼ ਹੁੰਦੀ ਹੈ ਤੁਸੀਂ ਇਹਨੂੰ ਜਦੋਂ ਵੀ ਖਾਓ ਨਾ ਦੁਪਹਿਰੇ ਖਾਓ ਸੁਬਹਾ ਖਾਓ ਰਾਤ ਨੂੰ ਖਾਓ ਅਤੇ ਦੂਸਰੇ ਦਿਨ ਸੁਬਹਾ ਉੱਠ ਕੇ ਤੁਹਾਡੇ 'ਤੇ ਜ਼ਰੂਰੀ ਹੋ ਜਾਂਦੀ ਹੈ ਗੱਲ ਕਿ ਤੁਸੀਂ ਦਹੀਂ ਇਸਤੇਮਾਲ ਕਰੋ ਮਿੱਠੀ ਲੂਣੀ ਅਤੇ ਜਾਂ ਲੱਸੀ ਪੀਓ ਜਿੱਥੇ ਜਾਵਾਂਗੇ ਕਿਸੇ ਵੀ ਜਾਵਾਂਗੇ ਉੱਥੇ ਕੋਈ ਪਹਿਲੇ ਤੁਸੀਂ ਯਾਦ ਹੋ ਕੇ ਉਹਨਾਂ ਨੇ ਜਿਹੜਾ ਪੂਰੀ ਡਾਂਗ ਭੇਜੀ ਸੀ ਕਿਆ ਬਾਤਾਂ ਨੇ ਜਨਾਬ ਮਾਸ਼ਾਅੱਲਾ ਇਕੱਲੇ ਬੰਦੇ ਦਾ ਜਨਾਬ ਖਾਣਾ ਹੈਗਾ ਵਾਕਈ ਕੋਈ ਚੀਜ਼ ਬਣੀ ਤੇ ਇਹ ਜਿਹੜੀ ਅੱਗੇ ਦੋ ਡੱਬੀਆਂ ਪਈਆਂ ਇਹਦੇ ਵਿੱਚ ਸੌਸ ਹੈਗੀ ਹੈ ਜਿਹੜੀ ਇਹਦੇ ਉੱਤੇ ਤੁਸੀਂ ਲਾ ਕੇ ਖਾਓਗੇ ਤਾਂ ਉਹਦਾ ਜ਼ਾਇਕਾ ਜਿਹੜਾ ਹੋਰ ਅੱਛਾ ਹੋ ਜਾਏਗਾ ਬੜੀਆਂ ਅਜੀਬੋ ਗਰੀਬ ਸਾਡੇ ਹੱਥੇ ਤੇ ਪੁਦੀਨੇ ਦੀ ਬਣਦੀ ਹੈ ਜਾਂ ਹੋਰ ਚੀਜ਼ਾਂ ਦੀ ਅੰਬ ਦੀ ਚਟਨੀ ਬਣਾ ਲਓ ਇਹ ਤਾਂ ਆਪਣਾ ਦੋ ਦਿਨ ਦਾ ਭੁੱਖਾ ਹੋ ਤੇ ਫਿਰ ਇਹਨੂੰ ਲੱਗੇ ਜੁੜੇ ਤੇ ਪਤਾ ਲੱਗੇ ਬਈ ਖਾਣਾ ਖਾਦਾ ਗਿਆ ਬਲਾਲ ਜੀ ਵੇਖਣ ਵਾਸਤੇ ਤਾਂ ਬੜਾ ਮਜ਼ੇਦਾਰ ਅਤੇ ਬੜਾ ਜਨਾਬੇ ਵਾਲਾ ਖੂਬਸੂਰਤ ਪੂਰੀ ਡਾਂਗ ਦਿੱਤੀ ਨੇ ਚਮਚ ਨੂੰ ਹਮੇਸ਼ਾ ਸਿੱਧੇ ਹੱਥੇ ਫੜੀਦਾ ਤੇ ਇਹਨੂੰ ਇੱਕ ਵਾਰੀ ਇੰਜ ਲਾ ਕੇ
ठीक है, फिर इनू तुसी इंज कट लेना, ठीक है, ए कटिया गया, हां जी ठीक है, फिर ए कट इंज खाना। वाह जी, बड़ा आसान तरीके दस्या। ਅਸੀਂ ਦੇਸੀ ਜਦੋਂ ਅਸੀਂ ਕੀ ਚਮਚੇ ਦੇ ਕੀ ਛੁਰੀਆਂ ਫੜਨੀਆਂ ਨੇ। ਵਾਹ ਜੀ ਵਾਹ, ਤੁਸੀਂ ਖਾਓਗੇ? ਮੈਂ ਤੁਹਾਨੂੰ ਖਾ ਕੇ ਦਿਖਾਉਣਾ। ਬੜੀ ਮਜ਼ੇਦਾਰ ਹੈ ਜੀ, ਬਹੁਤ ਸਵਾਦ ਆ ਗਿਆ, ਯਕੀਨ ਮੰਨੋ ਪੰਜਾਬ ਦਾ ਅਸਲ ਖਾਣਾ ਮੈਨੂੰ ਯਾਦ ਆ ਗਿਆ। ਬਾਪੂ ਵੀ ਖਵਾਉਂਦਾ ਹੁੰਦਾ ਸੀ ਸਾਨੂੰ ਬਚਪਨ 'ਚ। ਵਾਹ ਕਿਆ ਬਾਤ ਹੈ, ਬੜਾ ਮਜ਼ੇਦਾਰ ਹੈਗਾ ਜਨਾਬ। ਇਹ ਤਾਂ ਇੰਝ ਖਾ ਰਹੇ ਜਿਵੇਂ ਅਸੀਂ ਊਂਠ ਦਾ ਕੋਸ਼ਿਸ਼ ਖਾਂਦੇ ਹਾਂ, ਊਂਠ ਦੇ ਬੜੇ ਵੱਡੇ ਵੱਡੇ ਚਗੇ ਆਉਂਦੇ ਨੇ। ਨਮਕੀਨ ਜਿਹਾ ਵੇਖਾ ਜੀ ਇਹਦਾ, ਅਤੇ ਲੱਗਦਾ ਵੈਸੇ ਮੈਨੂੰ ਇੰਝ ਜਿਸ ਤਰ੍ਹਾਂ ਵੱਡਾ ਗੋਸ਼ਤ ਹੀ ਹੈ। ਬੜਾ ਹੈਵੀ ਖਾਣਾ ਤੁਸੀਂ ਮੈਨੂੰ ਖਵਾ ਰਹੇ ਹੋ, ਲੱਗਦਾ ਮੈਨੂੰ ਕਿਸੇ ਨਾ ਭਲਵਾਨ ਲੜਾਉਣਾ ਹੈ, ਮੈਨੂੰ ਲੱਗਦਾ ਕੁਸ਼ਤੀ ਕਰਾਉਣੀ ਕਿਸੇ ਨੂੰ ਤੁਸੀਂ ਮੇਰੀ। ਜੀ ਮੈਨੂੰ ਹੁਣ ਪਤਾ ਲੱਗ ਗਿਆ ਕਿ ਇਹ ਰਿਬ ਸਟੇਕ ਹੈਗੀ ਹੈ, ਤਾਂ ਤੁਸੀਂ ਹੁਣ ਮਿਹਰਬਾਨੀ ਮੈਨੂੰ ਗੱਲਾਂ 'ਚ ਲਾ ਲਾਣਾ, ਮੈਨੂੰ ਹੁਣ ਬੜੇ ਪਿਆਰ ਨਾਲ ਬਹਿ ਕੇ ਜ਼ਰਾ ਖਾਣ ਦਿਓ, ਅਤੇ ਬੜੇ ਪਿਆਰ ਨਾਲ ਬਹਿ ਕੇ ਖਾਣ ਵਾਲੀ ਚੀਜ਼ ਹੈ, ਬਿਲਕੁਲ ਤਸੱਲੀ ਦੇ ਨਾਲ ਦੇਖੋ ਸਹੀ ਕੀ ਸਹਿਜ ਹੈਗਾ। ਕਿਆ ਮਜ਼ੇਦਾਰ ਬੋਟੀਆਂ ਨੇ ਜਨਾਬ, ਇਹ ਦੜਾ ਮਿਰਚ ਪਾਈ ਗਈ ਹੈ ਲੇਕਿਨ ਬਹੁਤ ਹਲਕੀ, ਕਾਲੀਆਂ ਮਿਰਚਾਂ ਤੁੰਨ ਕੇ ਪਾਈਆਂ ਗਈਆਂ ਨੇ ਲੇਕਿਨ ਨਮਕ ਬਿਲਕੁਲ ਨਹੀਂ ਪਾਇਆ ਗਿਆ, ਐਵੇਂ ਹਸਬੇ ਮਾਮੂਲ ਐਂ ਚੁਟਕੀ ਜੀ ਨਮਕ ਦੀ ਆਈ ਹੈ, ਲੇਕਿਨ ਰੋਸਟ ਅੱਛਾ ਹੋਇਆ, ਇਹਨੂੰ ਕਹਿੰਦੇ ਨੇ ਸਟੀਮ ਰੋਸਟ। ਅਤੇ ਬਾਕੀ ਬੜੀ ਗੱਲ ਹੈਗੀ ਹੈ ਜੀ, ਹਾਂਡੀ 'ਚ ਛੇਤੀ ਨਹੀਂ ਇਹ ਗੱਲ ਦਾ ਹੁੰਦਾ, ਬੜੇ ਯਤਨ ਕਰਨੇ ਪੈਂਦੇ ਨੇ, ਜੰਤਰ ਮੰਤਰ ਪੜ੍ਹੋ, ਫਿਰ ਸਪੇਰਿਆਂ ਕੋਲੋਂ ਬੀਨ ਲੈ ਕੇ ਵਜਾਓ, ਅਤੇ ਫਿਰ ਕਿਤੇ ਜਾ ਕੇ ਉਹ ਗਲਦਾ। ਪਰ ਇਹ ਦੇਖ ਲਓ ਕੋਲਿਆਂ 'ਤੇ ਹੀ ਅਗਲਿਆਂ ਨੇ ਇਹਨੂੰ ਗਾਲ ਗੂਲ ਲਿਆ ਵੇ, ਇਹ ਜਗ੍ਹਾ ਜਗ੍ਹਾ ਜੇ ਗੋਸ਼ਤ ਲੱਗਿਆ ਸਾਰੇ ਖਾਣਾ ਹੈ, ਇਹ ਥੋੜ੍ਹਾ ਕਿ ਗੋਸ਼ਤ ਖਾ ਕੇ ਅਤੇ ਹੱਡੀ ਤੋੜਦੇ ਨਹੀਂ, ਸਾਰਾ ਮਾਲ ਦੇ ਅੰਦਰ ਲੱਗਾ। ਬਾਕੀ ਮੈਂ ਪਰੇਸ਼ਾਨ ਹਾਂ, ਅੱਡੀ ਵੱਡੀ ਚਾਂਪ ਕਿਵੇਂ ਬਣਾ ਤੀ ਤੁਸੀਂ, ਕਮਾਲ ਗੱਲ, ਮਜ਼ੇਦਾਰ ਇੰਨਾ ਕਿ ਮੈਂ ਭੁੱਲ ਗਿਆ ਕਿ ਇਹ ਚੀਜ਼ਾਂ, ਮੈਂ ਕਿਹਾ ਗੋਸ਼ਤ ਬੜਾ ਨਿਬੇੜੀਏ। ਅਤੇ ਕੱਟ ਕੇ ਨਾ ਵਿੱਚ ਛੋਟੀ ਛੋਟੀਆਂ ਬੋਟੀਆਂ ਕਰਕੇ ਅਤੇ ਪੂਰੇ ਖਾਨਦਾਨ ਪੂਰੇ ਘਰ ਪੂਰੀ ਫੈਮਿਲੀ ਪੂਰਾ ਟੱਬਰ ਹੀ ਖਾਏ ਵੇ, ਇੱਥੇ ਮੈਂ ਇਕੱਲਾ ਖਾ ਰਿਹਾ, ਦੇਖੋ ਯਾਰ ਮੇਰੀ ਹਿੰਮਤ। ਜਿੱਡੀ ਹੈ ਜਿਹੋ ਜਿਹੀ ਡਿਸ਼ ਹੈ, ਯਕੀਨ ਕਰੋ ਕਿ ਚਾਰ ਤਾਹਿਰ ਵੀ ਹੋਣ ਨਾ ਅਤੇ ਉਹ ਵੀ ਰੱਜ ਜਾਣਾ ਇਹਦੇ ਨਾਲ। ਇੱਕ ਡਿਸ਼ ਨਾਲ ਤਿੰਨ ਚਾਰ ਆਈਟਮਾਂ ਲਾ ਦਿੱਤੀਆਂ ਨੇ, ਕਿਆ ਖਿਆਲ ਜਨਾਬ, ਖਾਣ ਦਾ ਮਜ਼ਾ ਕਿਉਂ ਨਾ ਆਵੇ। ਐਂ ਲੱਗ ਰਿਹਾ ਮੈਂ ਚੋਲਾ ਸਥਾਨ ਦੇ ਵਿੱਚ ਬੈਠਾ ਹਾਂ, ਊਂਠ ਤੋਂ ਮੈਂ ਉਤਰਿਆ ਅਤੇ ਨਾਲ ਹੀ ਅੱਗੇ ਰੋਸਟ ਆ ਗਿਆ ਮੇਰੇ। ਇਹ ਚੋਲਾ ਸਥਾਨ ਦੇ ਲੋਕ ਬੜੇ ਸ਼ੌਕ ਨਾਲ ਖਾਂਦੇ ਨੇ ਰੋਸਟ। ਬਾਕੀ ਇਹ ਨਾਲ ਦੀਆਂ ਚੀਜ਼ਾਂ ਵੀ ਠੀਕ ਹੈਗੀਆਂ ਜੀ, ਨਾਲ ਕਿਤੇ ਇਹਦੇ ਅਚਾਰ ਹੁੰਦਾ ਅਤੇ ਹੋਰ ਮਜ਼ਾ ਆ ਜਾਂਦਾ ਜੀ। ਭੁੱਖ ਵੀ ਬੜੀ ਲੱਗੀ ਸੀ ਅਤੇ ਮੇਰੇ ਮਤਲਬ ਦੀ ਚੀਜ਼ ਅੱਜ ਆਈ ਹੈ ਦੇਸੀ, ਹੁਣ ਪਤਾ ਨਹੀਂ ਰਿਬ ਸਟੇਕ ਕੀ ਚੀਜ਼ ਹੈ, ਮੈਨੂੰ ਤਾਂ ਇਹੀ ਪਤਾ ਚਾਂਪ ਹੈਗੀ ਵੱਡੀ ਵਿਹੜੇ ਦੀ ਜਾਂ ਕੱਟੇ ਦੀ, ਅਤੇ ਉਹਨੂੰ ਖਾਣਾ ਅਤੇ ਲਿਆਦਾ ਮੈਂ ਆਪਣੇ ਤਰੀਕੇ ਨਾਲ ਖਾਵਾਂਗੇ, ਇਹਨਾਂ ਨਾਲ ਮੈਂ ਨਹੀਂ ਖਾ ਸਕਦਾ, ਇਹ ਬੜਾ ਔਖਾ ਕੰਮ ਛੁਰੀਆਂ ਨਾਲ ਖਾਵਾਂ। ਨਹੀਂ ਸ਼ਬਦ ਇਹ ਵੀ ਕੋਈ ਵੱਡੇ ਪੱਠੇ 'ਤੇ ਗਾ ਲਿਆ ਹੋਣਾ, ਐਡਾ ਵੱਡਾ ਮਜ਼ੇਦਾਰ ਗਲਿਆ ਹੋਇਆ। ਫਿਰ ਮੈਨੂੰ ਇੰਝ ਲੱਗ ਰਿਹਾ ਕਿ ਅਨੀਸ ਭਾਈ ਦੇ ਵਿਆਹ 'ਚ ਰੋਟੀ ਮੈਂ ਖਾ ਰਿਹਾ, ਕਿ ਉੱਥੇ ਭਾਈ ਵਿਆਹ 'ਚ ਸਟੇਕ ਹੀ ਚੱਲਣ ਡਈ ਹੈ, ਹਰ ਬੰਦਾ ਆਪਣੀ ਵੀ ਸਟੇਕ ਖਾਣ ਡਿਆ, ਇੱਕ ਸਟੇਕ ਹੀ ਬੜੀ ਬੰਦੇ ਵਾਸਤੇ। ਇਸ ਸਟੇਕ ਦਾ ਇੱਕ ਹੋਰ ਵੀ ਬੜਾ ਫਾਇਦਾ, ਤੁਹਾਡੀ ਲੜਾਈ ਵੀ ਹੋ ਸਕਦੀ ਖਾਣੇ ਦੇ ਟਾਈਮ, ਇਹਨੂੰ ਪਾਣੀ ਦੇ ਭਾਈ ਸ਼ੁਰੂ ਹੋ ਜਾਂਦਾ ਬਾੜਦਾ ਵਾ, ਅੱਡੀ ਵੱਡੀ ਸਟੇਕ ਜਨਾਬ ਹੈ। ਕੀ ਛੁਰੀ ਕਾਂਟੇ
ਮੁਰਗੀ ਹੋਈ ਛੋਟੀ ਮੋਟੀ ਐਡੇ ਵੱਡੇ ਤਮਾਸ਼ੇ ਤਾਂ ਹਾਥੀ ਦੇ ਪੈਂਦੇ ਭਲਵਾਨਾਂ ਦਾ ਪੂਰਾ ਜੋਸ਼ ਨਾਲ ਫਾਂਡਾ ਪੈਂਦਾ ਲਲ ਲਾ ਕੇ ਖਾਣਾ ਪੈਂਦਾ ਇਹਦਾ ਇਹ ਵੇਖੋ ਨਾ ਹੈ ਕਿਆ ਬਾਤ ਹੈ ਇਹ ਵੇਖੋ ਬਿਸਮਿਲ੍ਲਾ ਆਹੋ ਮਿਲ ਗਈ ਹੋਣੀ ਤੁਹਾਨੂੰ ਮੇਰਾ 500,000 ਰੁਪਏ ਦੀ ਕਿੰਨੇ ਦੀ ਆਈ ਹੈ 608,000 ਰੁਪਏ ਦੀ ਹੈ 608,000 ਰੁਪਏ ਦੀ ਇੱਕ ਕੀ 8000 ਰੁਪਏ ਦੀ ਇੱਕ ਬਣਾਗਾ ਤੇ ਜਿਹਨੂੰ ਕੋਲੇਸਟ੍ਰੋਲ ਹੋਵੇ ਅਗਰ ਉਹ ਖਾਣਾ ਚਾਹੇ ਵੱਡਾ ਗੋਸ਼ਤ ਉਹਦਾ ਵੀ ਤਰੀਕਾ ਹੈਗਾ ਜੇ ਕਿ ਤੁਸੀਂ ਗੋਸ਼ਤ ਨੂੰ ਲੈ ਕੇ ਚੰਗੀ ਤਰ੍ਹਾਂ ਉਬਾਲ ਲਵੋ ਤੇ ਜਦੋਂ ਉਬਾਲ ਲਓਗੇ ਨਾ ਤੇ ਇਹ ਗੋਸ਼ਤ ਦੇ ਵਿੱਚੋਂ ਜਿੰਨੀ ਚਿਕਨਾਈ ਹੈ ਨਾ ਉਹ ਸਾਰੀ ਨਿਕਲ ਜਾਏਗੀ ਉਹਦਾ ਜਿਹੜਾ ਪਾਣੀ ਉਹ ਤੁਸੀਂ ਭਾਵੇਂ ਬਤੌਰ ਯਖਨੀ ਸਿਹਤਮੰਦ ਬੰਦੇ ਇਸਤੇਮਾਲ ਕਰ ਸਕਦੇ ਨੇ ਤੇ ਬਾਕੀ ਜਿਹੜਾ ਉਹ ਤੁਸੀਂ ਉਹ ਭੁੰਨ ਬਣਾ ਕੇ ਉਹਨੂੰ ਖਾ ਸਕਦੇ ਹੋ ਜਿੱਡੀ ਹੋਈ ਹੈ ਨਾ ਚਾਂਪ ਬਣੀ ਇੰਨੀ ਚੀਜ਼ਾਂ ਨਾਲ ਸਾਲਨ ਸਾਡੇ ਘਰ ਸਾਰੇ ਜੀਆਂ ਦਾ ਬਣ ਜਾਂਦਾ 5-6 ਜੀਅ ਰਲ ਕੇ ਖਾ ਜਾਂਦੇ ਨੇ ਖਾਣਾ ਅਤੇ ਹੁਣ ਤੁਸੀਂ ਮੇਰੇ ਇਕੱਲੇ ਗੱਡੀ ਵੱਡੀ ਚਾਂਪ ਰੱਖਤੀ ਵੈਸੇ ਜਨਾਬ ਗੋਸ਼ਤ ਤਾਂ ਬੜਾ ਬੜਾ ਗੋਸ਼ਤ ਲੇਕਿਨ ਇਹਦਾ ਤਰੀਕਾ ਮੈਨੂੰ ਸਮਝ ਨਹੀਂ ਕਿ ਇੱਡਾ ਵੱਡਾ ਗੋਸ਼ਤ ਕਿਸ ਤਰ੍ਹਾਂ ਪਕਾਇਆ ਗਿਆ ਕਾਹਦੇ ਦੇ ਪੱਕਿਆ ਹੈ ਕਾਹਦੇ ਕੋਈ ਪੱਠੇ ਦੇ ਤਿਆਰ ਕਰਵਾਇਆ ਗਿਆ ਅਸੀਂ ਵੀ ਬੜੇ ਜਗ੍ਹਾ ਦੇ ਗਏ ਹਾਂ ਲੇਕਿਨ ਸਾਡੇ ਕੱਟੇ ਜਾਂਦੇ ਛੋਟੇ ਛੋਟੇ ਪੀਸ ਬਣਾਉਂਦੇ ਨੇ ਇਹ ਤਾਂ ਪਠਾਣਾਂ ਦਾ ਵੀ ਕੰਮ ਟਪਾ ਕੇ ਰੱਖਿਆ ਜੀ ਬੰਦੇ ਨੂੰ ਆਪਣੇ ਵਿਆਹ ਦੀ ਰੋਟੀ ਯਾਦ ਨਹੀਂ ਰਹਿੰਦੀ ਯਕੀਨ ਮੰਨੋ ਤੁਹਾਡੀ ਰੋਟੀ ਜ਼ਿੰਦਗੀ ਭਰ ਨਹੀਂ ਭੁੱਲੇਗੀ ਇਹੋ ਜਿਹੀ ਰੋਟੀ ਤੁਸੀਂ ਅੱਜ ਮੈਨੂੰ ਰੋਟੀ ਬੋਟੀ ਖਵਾ ਦਿੱਤੀ ਜਨਾਬ ਬਹੁਤ ਮਜ਼ਾ ਆ ਗਿਆ ਹੁਣ ਮੈਨੂੰ ਖਾ ਲੈਂਦੇ ਹੋ ਗੱਲਾਂ ਬਾਅਦ ਕਰਾਂਗੇ ਫੀ ਅਮਾਨ ਅੱਲਾਹ